ਸਤਿ ਸ਼੍ਰੀ ਅਕਾਲ ਮੈਂ ਓਪਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੀ ਹਾਂ। ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਲੰਮੇ ਸਮੇਂ ਤੋਂ ਲੋਕਡਾਊਨ ਦੇ ਸਮੇਂ ਵਿੱਚ ਲੋਕਾਂ ਦਾ ਜਿਹੜਾ ਟੈਲੈਂਟ ਸੀ ਐਕਟਿੰਗ, ਮਾਡਲਿੰਗ ਜਾਂ ਸਿੰਗਿੰਗ ਜਾਂ ਇਸ ਤੋਂ ਇਲਾਵਾ ਹੋਰ ਯੰਗਸਟਰਸ ਦੇ ਜਾਂ ਆਪਾਂ ਕਹੀਏ ਚਿਲਡਰਨ ਦੇ ਜਿਹੜੇ ਜਿੰਨੇ ਵੀ ਟੈਲੈਂਟ ਸੀ ਉਹ ਸਿਰਫ ਇੱਕ ਚਾਰ ਦੀਵਾਰਾਂ ਅੰਦਰ ਹੀ ਬੰਦ ਹੋ ਕੇ ਰਹਿ ਗਏ ਸਨ। ਲੇਕਿਨ ਹੁਣ ਜਦੋਂ ਫਿਰ ਤੋਂ ਦੁਬਾਰਾ ਤੋਂ ਇਹ ਲੋਕਡਾਊਨ ਦਾ ਸਮਾਂ ਖੁੱਲਿਆ ਹੈ ਅਤੇ ਹੁਣ ਲੋਕਾਂ ਦਾ ਟੈਲੈਂਟ ਬਾਹਰ ਆ ਰਿਹਾ, ਲੋਕਾਂ ਨੂੰ ਇਹੋ ਜਿਹੇ ਸ਼ੋਅਜ਼ ਮਿਲ ਰਹੇ ਨੇ ਜਿੱਥੇ ਆ ਕੇ ਆਪਣਾ ਟੈਲੈਂਟ ਦਿਖਾ ਸਕਦੇ ਹਨ। ਅਜਿਹੇ ਹੀ ਇੱਕ ਸ਼ੋਅ ਦੇ ਵਿੱਚ ਅੱਜ ਅਸੀਂ ਆਏ ਹਾਂ ਜਿੱਥੇ ਕਿ ਮਿਸਟਰ ਐਂਡ ਮਿਸਿਸ ਗਲੈਮਰਸ ਦਾ ਸ਼ੋਅ ਹੋਣ ਜਾ ਰਿਹਾ ਹੈ, ਜਿੱਥੇ ਕਿ ਇੱਕ ਮਾਡਲਿੰਗ ਦਾ ਫਿਨਾਲੇ ਹੋ ਰਿਹਾ ਹੈ ਜੋ ਕਿ ਇਸ਼ਮੀਤ ਸਿੰਘ ਇੰਸਟੀਟਿਊਟ ਦੇ ਵਿੱਚ ਹੋ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਇਹ ਹੈਗੀ ਸਾਡੀ ਇਸ਼ਮੀਤ ਸਿੰਘ ਇੰਸਟੀਟਿਊਟ ਦੀ ਬਿਲਡਿੰਗ ਜਿੱਥੇ ਕਿ ਸਾਡਾ ਮਾਡਲਿੰਗ ਦਾ ਮਿਸਟਰ ਐਂਡ ਮਿਸਿਸ ਗਲੈਮਰਸ ਸ਼ੋਅ ਹੋਣ ਜਾ ਰਿਹਾ ਹੈ। ਹੁਣ ਤੁਸੀਂ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਹੋਣੀ ਆ ਕਿ ਆਖਿਰ ਹੋ ਕੀ ਰਿਹਾ ਹੈ। ਸੋ ਆਪਾਂ ਤੁਹਾਨੂੰ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਬੱਚਿਆਂ ਤੋਂ ਲੈ ਕੇ ਯੰਗਸਟਰਸ ਯਾਨੀ ਕਿ 30 ਸਾਲ ਤੱਕ ਦੇ ਲੋਕ ਆਪਣਾ ਮਾਡਲਿੰਗ ਟੈਲੈਂਟ ਲੈ ਕੇ ਆਏ ਹਨ ਅਤੇ ਅਸੀਂ ਅੰਦਰ ਜਾਵਾਂਗੇ, ਔਰਗੇਨਾਈਜ਼ਰਸ ਕੰਟੈਸਟੈਂਟਸ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਦੇ ਵਿਊਜ਼ ਪੁੱਛਣਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਅਤੇ ਹੁਣ ਅਸੀਂ ਤੁਹਾਨੂੰ ਮੇਕਅਪ ਰੂਮ ਦੇ ਵਿੱਚ ਲੈ ਕੇ ਜਾਂਦੇ ਹਾਂ ਜਿੱਥੇ ਕਿ ਮਾਡਲਸ ਦਾ ਮੇਕਅਪ ਹੋ ਰਿਹਾ ਹੈ। ਹੁਣ ਅਸੀਂ ਮੇਕਅਪ ਰੂਮ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਕਿ ਕੰਟੈਸਟੈਂਟਸ ਮੌਜੂਦ ਨੇ ਅਤੇ ਉਹਨਾਂ ਦੇ ਚਿਹਰਿਆਂ 'ਤੇ ਤੁਸੀਂ ਉਹ ਐਕਸਾਈਟਮੈਂਟ ਦੇਖ ਸਕਦੇ ਹੋ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਉਹ ਕਿੱਦਾਂ ਦਾ ਫੀਲ ਕਰ ਰਹੇ ਆ। ਸੋ ਹੈਲੋ ਮੈਮ। ਹੈਲੋ ਹੈਲੋ ਹੈਲੋ। ਸੋ ਮੈਮ ਕਿਵੇਂ ਹੋ? ਐਕਸਾਈਟਿਡ ਹੋ? ਯੈਸ, ਅਸੀਂ ਐਕਸਾਈਟਿਡ ਵੀ ਹੈਗੇ ਆ ਤੇ ਥੋੜੀ ਜਿਹੀ ਸਾਨੂੰ ਗਰਮੀ ਵੀ ਲੱਗ ਰਹੀ ਹੈ। ਐਕਚੁਅਲੀ ਅਸੀਂ 6 ਵਜੇ ਤੇ ਆ ਕੇ ਬੈਠੇ ਹੋਏ ਆ ਤੇ ਗਰਮੀ ਵੀ ਲੱਗ ਰਹੀ ਹੈ, ਬਟ ਮੋਰ ਓਵਰ ਬੀਅਰ ਮਤਲਬ ਹਮਾਰੇ ਅੰਦਰ ਬੜੀ ਇੰਥੂਸੀਆਸਟਿਕ ਸਪਿਰਿਟ ਹੈ ਕਿ ਅਸੀਂ ਪਾਰਟਿਸਿਪੇਟ ਕਰ ਰਹੇ ਆ। ਸੋ ਇਸ ਤੋਂ ਪਹਿਲਾਂ ਜਿੱਦਾਂ ਅੱਜ ਤੁਸੀਂ ਇਸ ਮਾਡਲਿੰਗ ਦੇ ਫਾਈਨਲ ਰਾਊਂਡ 'ਚ ਆ ਚੁੱਕੇ ਹੋ, ਇਸ ਤੋਂ ਪਹਿਲਾਂ ਜਿਹੜੇ ਤੁਹਾਡੇ ਟਾਸਕ ਹੋਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਤੁਹਾਡੀ ਟਾਸਕ ਵਿੱਚ ਕੀ ਕੀਤਾ ਤੁਸੀਂ ਲੋਕੇ ਦੱਸੋ। ਹਾਂਜੀ, ਸਾਡਾ ਸੈਟਰਡੇ ਨੂੰ ਇੱਕ ਟਾਸਕ ਰਾਊਂਡ ਸੀਗਾ, ਉਸ ਤੇ ਸਾਨੂੰ ਜਿਵੇਂ ਪੂਰਾ ਟਾਸਕ ਹੁੰਦਾ ਹੈ ਐਵੇਂ ਤੇ ਪਰਫਾਰਮ ਕਰਨਾ ਸੀ ਤੇ 2 ਰਾਊਂਡ ਸੀਗੇ, ਉਸ ਦੇ ਵਿੱਚੋਂ ਇੱਕ ਕੁੜੀ ਸਿਲੈਕਟ ਹੋਈ ਹੈ ਐਂਡ ਸ਼ੀ ਇਜ਼ ਮਿਸ ਪੰਜਾਬ, ਕੁਈਨ ਆਫ ਪੰਜਾਬ, ਤੇ ਉਹ ਤੁਹਾਨੂੰ ਅੱਜ ਪਤਾ ਲੱਗੇਗਾ ਇਟਸ ਅ ਸਰਪ੍ਰਾਈਜ਼ ਕਿ ਕੌਣ ਹੈਗੀ ਹੈ। ਓਕੇ, ਸੋ ਹੁਣ ਅਸੀਂ ਮੇਕਅਪ ਆਰਟਿਸਟ ਤੋਂ ਪੁੱਛਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ ਸਰ। ਹਾਂਜੀ ਸਰ, ਕਿਵੇਂ ਹੋ? ਮਤਲਬ ਕਿਵੇਂ ਫੀਲ ਕਰ ਰਹੇ ਹੋ? ਤੁਹਾਨੂੰ ਕਿੰਨਾ ਮਤਲਬ ਇਸ ਸਟੇਜ ਦੇ ਵਿੱਚ ਤੁਹਾਨੂੰ ਮੇਕਅਪ ਕਰਨ ਦਾ ਮੌਕਾ ਮਿਲ ਰਿਹਾ ਹੈ ਮਾਡਲਸ, ਸੋ ਹਾਊ ਯੂ ਫੀਲਿੰਗ? ਇਨ ਫੈਕਟ ਇਹ ਗਰਮੀ ਹੋਣ ਦੇ ਬਾਵਜੂਦ ਵੀ ਸਾਨੂੰ ਬਹੁਤ ਅੱਛਾ ਲੱਗ ਰਿਹਾ, ਬਿਕੋਜ਼ ਆਪਣੇ ਆਪ ਅਸੀਂ ਆਪਣੇ ਪੈਸ਼ਨ ਨੂੰ ਫੋਲੋ ਕਰ ਰਹੇ ਹਾਂ, ਸੋ ਇੰਨੇ ਸਾਰੇ ਕੰਟੈਸਟੈਂਟ ਨੂੰ ਸਾਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲ ਰਿਹਾ, ਸੋ ਆਈ ਐਮ ਫੀਲਿੰਗ ਵੈਰੀ ਗੁੱਡ। ਐਂਡ ਸਰ, ਤੁਸੀਂ ਆਪਣੇ ਮੇਕਅਪ ਬਾਰੇ ਕੁਝ ਦੱਸਣਾ ਚਾਹੋਗੇ ਆਡੀਅੰਸ ਨੂੰ? ਯਾ, ਤੁਸੀਂ ਦੇਖ ਸਕਦੇ ਹੋ ਕਿ ਯੂਜ਼ ਓਨਲੀ ਹਾਈਜੀਨਿਕ ਐਂਡ international brands like Huda, NARS, Fenty Beauty and Makeup Forever, Kat Von D, like Kat Von D brands we use kar rahe hain, jinme se at least 18-20 hours tak hum rehte hain, but that's not any garmi ka change state to dene pe isliye asi matlab kar rahe hain। ਸੋ ਇਹ ਸੀ ਕਿ ਸਾਡੇ ਮੇਕਅਪ ਆਰਟਿਸਟ ਜਿਹੜੇ ਕਿ ਇਹਨਾਂ ਦਾ ਮੇਕਅਪ ਕਰ ਰਹੇ ਅਤੇ ਉਹਨਾਂ ਨੇ ਇਹੋ ਜਿਹੀਆਂ ਬ੍ਰਾਂਡਸ ਯੂਜ਼ ਕੀਤੀਆਂ ਨੇ ਜੋ ਕਿ 24 hours ਚੇਕ ਕਰਦੀਆਂ ਨੇ, ਉਹਨਾਂ ਦਾ ਇਹ ਕਹਿਣਾ ਹੈ। ਸੋ ਹੁਣ ਅਸੀਂ ਹੋਰ ਲੋਕਾਂ ਤੋਂ ਗੱਲਬਾਤ ਕਰਾਂਗੇ, ਅਸੀਂ ਸ਼ੋਅ ਦੇ ਡਾਇਰੈਕਟਰ ਨਾਲ ਗੱਲਬਾਤ ਕਰਾਂਗੇ ਜੇ ਵੀ ਹੁੰਦਲ ਜੀ ਨਾਲ, ਕਿ ਉਹਨਾਂ ਨੂੰ ਕਿਵੇਂ ਉਹਨਾਂ ਦਾ ਐਕਸਪੀਰੀਅੰਸ ਰਿਹਾ ਅਤੇ ਉਹਨਾਂ ਦਾ ਕੀ ਮੋਟਿਵ ਆ। ਹੈਲੋ ਸਰ। ਹੈਲੋ ਜੀ, ਕੀ ਹਾਲ ਚਾਲ ਹੈ? ਵਧੀਆ ਜੀ, ਤੁਸੀਂ? ਬਸ ਬਹੁਤ ਵਧੀਆ। ਸੋ ਸਰ, ਤੁਹਾਡਾ ਮੋਟਿਵ ਕੀ ਆ ਇਹ ਜਿਹੜਾ ਸ਼ੋਅ ਤੁਸੀਂ ਆਰਗੇਨਾਈਜ਼ ਕਰ ਰਹੇ ਹੋ, ਇਹਦੇ ਪਿੱਛੇ ਤੁਹਾਡਾ ਮੋਟਿਵ ਦੱਸੋ ਆਡੀਅੰਸ ਨੂੰ? ਮੈਮ, ਮਿਸਟਰ ਐਂਡ ਮਿਸ ਗਲੈਮਰ ਪੰਜਾਬ ਜੋ ਆਰਗਨਾਈਜ਼ ਕਰ ਰਿਹਾ IGC ਗਰੁੱਪ ਇਨਫੋਰਸ ਕੇਸ ਕਲੱਬ, ਇਹ ਕੋਈ ਕੰਪਨੀ ਜਾਂ ਕਹਿ ਲਓ ਵੀ ਕੋਈ ਪ੍ਰੋਡਕਸ਼ਨ ਜੋ ਕਿ ਪ੍ਰੋਫਿਟ ਲਈ ਕੰਮ ਕਰ ਰਹੀ ਹੈ ਉਹ ਕੰਪਨੀ ਨਹੀਂ ਹੈ, ਇਹ ਜਸਟ ਇੱਕ ਸੋਸ਼ਲ ਕਲੱਬ ਹੈ। ਸੋਸ਼ਲ ਕਲੱਬ ਮੀਨ ਟੂ ਸੇ ਜਿਹਦੇ ਵਿੱਚ ਅਸੀਂ ਬੱਚਿਆਂ ਦੇ ਫਿਊਚਰ, ਜਿਵੇਂ ਕਿ ਦਿੱਲੀ ਹੁੰਦਾ, ਬੰਬੇ ਆ, ਬੱਚੇ ਬਹੁਤ ਬਹੁਤ ਵੱਡੇ ਲੈਵਲ ਤੇ ਲੋਕੀ ਬੱਚੇ ਜਾਂਦੇ ਨੇ, ਮਤਲਬ ਕਿ ਤੁਸੀਂ ਜਿਹੜਾ ਉਹ ਟੈਲੈਂਟ ਜਿਹੜਾ ਹੈਗਾ ਕੰਪਲੀਟ ਕਰਦਾ ਆਪਣੀ ਗੱਲ ਨੂੰ, ਜਿਹੜਾ ਇਹ ਟੈਲੈਂਟ ਹੈ ਬੰਬੇ, ਦਿੱਲੀ ਜਾਂ ਵੱਡੇ ਲੈਵਲ ਤੇ ਜਿੱਥੇ ਬੱਚੇ ਜਾਂਦੇ ਨੇ ਉੱਥੇ ਉਹਨਾਂ ਦਾ ਬਹੁਤ ਖਰਚਾ, ਬਹੁਤ ਚੀਜ਼ਾਂ, ਬਹੁਤ ਮੋਟੀਆਂ ਫੀਸਾਂ, ਤੇ ਈਵਨ ਤੱਕ ਅਵੇਅਰਨੈਸ ਵੀ ਹੈ ਨਹੀਂ ਕਿ ਕਿਹੜੇ ਸਹੀ ਨੇ, ਕਿਹੜੇ ਗਲਤ ਨੇ, ਕਿਹੜੇ ਫੇਕ ਨੇ, ਕਿਹੜੇ ਓਰੀਜਨਲ ਨੇ, ਇਹਦੀ ਕਲੀਅਰ ਨਹੀਂ ਸੀ। ਇਸ ਕਰਕੇ ਅਸੀਂ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸਾਫ਼ ਸੁਥਰਾ ਸ਼ੋਅ, ਜਿਹਦੇ ਵਿੱਚ ਕੋਈ ਇੱਥੇ ਲੋਕੀ ਛਿੱਪੀ ਗੱਲ ਨਹੀਂ ਹੈ, ਕਿਤੇ ਕੋਈ ਇੱਥੇ ਲੁਕਾ ਨਹੀਂ ਰੱਖਿਆ ਜਾਂਦਾ, ਕੋਈ ਪਾਰਸ਼ਲਿਟੀ ਨਹੀਂ ਹੈ, ਕੈਮਰੇਸ਼ਨ ਪੂਰ ਪੰਜਾਬ ਪੁਲਿਸ ਦੇ ਬੰਦੇ ਜਿਵੇਂ ਕਿ ਸਾਡੇ ਕੈਮਸ ਹੈ, ਡਿਪਟੀ ਡਿਸਟਰ ਅਟੋਰਨੀ ਪੰਜਾਬ ਪੁਲਿਸ, ਮਤਲਬ ਇਹੋ ਜਿਹੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਬਿਲਕੁਲ ਪਿਓਰ ਅਤੇ ਪਾਇਸ ਜਜਮੈਂਟ ਕਰਦੇ ਨੇ ਕਿਸੇ ਦੇ ਵਿੱਚੋਂ ਕੋਈ ਵੀ, ਹਰ ਬੱਚਿਆਂ ਨੂੰ ਪ੍ਰੋਪਰਲੀ ਜਿਹੜੇ ਬੱਚੇ ਆਏ ਨੇ ਵਿਨਰ, ਉਹਨਾਂ ਨੂੰ ਤਾਂ ਟਰੋਫੀ ਸਰਟੀਫਿਕੇਟ ਮਿਲਣੇ ਹੀ ਮਿਲਣੇ ਆ, ਈਵਨ ਦੈਟ ਜਿਹੜੇ ਬੱਚੇ ਉਹ ਵੀ ਪਾਰਟੀਸਪੇਟ ਕਰ ਰਹੇ, ਹਰ ਬੱਚੇ ਨੂੰ ਕਿਸੇ ਨਾ ਕਿਸੇ ਕਿਤਾਬ ਨਾਲ ਨਵਾਜਿਆ ਜਾ ਰਿਹਾ ਕਿ ਬੱਚਿਆਂ ਨੂੰ ਅਸੀਂ ਮੋਟੀਵੇਟ ਕਰ ਰਹੇ ਹਾਂ। ਉਸ ਤੋਂ ਬਾਅਦ ਪਲੱਸ ਇੱਥੇ ਸ਼ੋਅ ਦੇ ਖਤਮ ਨਹੀਂ, ਨੈਕਸਟ ਜਦੋਂ ਬੱਚੇ ਅੱਗੇ ਪਰਫਾਰਮ ਕਰਦੇ ਆ ਉਹਨਾਂ ਨੂੰ ਅਵੇਅਰ ਕਰੀਦਾ, ਉਹਨਾਂ ਦੇ ਨਾਲ ਜਾਈਦਾ, ਉਹਨਾਂ ਦੇ ਉਹ ਹਰ ਆਡੀਸ਼ਨ, ਹਰ ਉਹ ਐਂਟਰੀ ਜਿੱਥੇ ਇੱਥੇ ਬੱਚੇ ਨੂੰ ਅਸੀਂ ਲੈ ਕੇ ਜਾ ਸਕਦੇ, ਬੱਚਾ ਜਿਵੇਂ ਗਰੋ ਕਰਦਾ ਸੀ ਉਹਦੇ ਨਾਲ ਖੜੇ ਰਹੇ।
ठीक है, मतलब कि वो इतने लोग हैं जिथे जिड़े ज्यादा मुंबई टाइप पे नहीं कर सकते, तो तुम उन्होंने लैस प्राइस के विच मौका देते हो कि अपना टैलेंट बाहर लेके आन। तो तुम्हारा ये भी कहना है सर का कि इतने कोई पार्शियलिटी नहीं की जाती है लोगों नाल। ते सर जिवें कि तुहानू पता ही है इतने मॉडलिंग का शो है, तुहाडी बेटी पार्टिसिपेट कर रही है, तो सर तुहानू किवें दा फील हो रहा है? अच्छा फील हो रहा है, मेरी बेटी ने शुरू से इंटरेस्ट है मॉडलिंग के विच, डांसिंग के विच, एक्टिंग के विच, कोई भी इवेंट और नहीं छोड़ते हैं कि पढ़ी करते हैं कि जितने भी मौका मिले तब भी बेटी कोशिश करने के पार्टिसिपेट करने के लिए काफ़ी करते हैं अपना इवेंट के विच अच्छे तरीके से पार्टिसिपेट करके उन्हें जितने भी कोशिश करें। सर अज तक अजिहो जिहा समय जिथे कई लोगों का यह मनना है कि कुड़िया जड़िया ने किसी फील्ड में अगे नहीं बढ़ सकती, उन्होंने यह भी कहना है कि मॉडलिंग कई पेरेंट्स अलाउ नहीं करते कि मॉडलिंग एक बहुत ही चंगी गल है कि तुम एक मतलब कुड़ी सपोर्ट करते हो तो उन्होंने मॉडलिंग वास्ते, सो तुहाडा इस बारे की कहना है कि गर्ल्स को अगे बढ़ना चाहिए हर फील्ड के। बिल्कुल जी, मेरा एक मनना है, मेरी दो डॉक्टर्स हैं, तो मैं हमेशा यही चाहता है कि अज की डेट के जो समा जिस तरह चल रहा है नो डाउट बहुत सारे लोगों का मनना है कि बेटिया बेटिया फर्क करते हैं, बट मेरा मनना नहीं, बेटिया किसी को भी घट नहीं है, तो बेटिया पूरा मौका मिलना चाहिए कि वो कहीं कोई भी फील्ड हो, मॉडलिंग एक्टिंग चीज है, चाहे वो टैक्नीकल नॉन टैक्नीकल कोई फील्ड हो, पूरा मौका मिलना चाहिए, मुझे तो मैं मोटा मिला के मुंडिया के नाल भी मैं खड़ा होना चाहिए। सो ये एक कंटेस्टेंट के फादर जिन्हों की बहुत ही वधिया सोच है कि कुड़ियां भी कुछ कर सकदियां ने, कुड़ियां ईवन बेस्ट दे सकदियां ने अपना जो उन्होंने फैमिली वालों सपोर्ट हो, तो अज के टाइम च इहो जिहे सपोर्ट की कुड़ियां नूं उम्मीद है। हुण एक होर कंटेस्टेंट नाल गलबात करांगे। हैलो मैम, तुहाडा नेम? मैम किवें फील कर रहे हो तुसीं जिद्दां मेकअप हो गया तुहाडा, थोड़ा बहुत तुसीं देख सकदे हो, ऑडियंस नूं की कहना चाहते हो? बहुत एक्साइटेड हाँ, तो बहुत ज़्यादा एक्साइटेड है कि होगा कि जाएगा सब कुछ, तो मेकअप भी बहुत वधिया हो रहा है, तो हजे हो रहा है अद्धा हो गया, फिर भी मैं प्रिंसेस बहुत वधिया फील हो रहा है। सो पूरा मतलब थोड़ा कॉन्फिडेंस है कि अच्छ जीत के ही जा रहे हैं? कॉन्फिडेंस तो बहुत है। हाँ जी, ओके, थैंक यू मैम। ग्रैंड फिनाले 2021 सीजन, ਪੰਜਾਬਣਾਂ ਦੇ ਦਿਲ ਦਰਦ ਤੇ ਦੁੱਖ ਦੀ ਉਹ ਪਛਾਣ ਹੈ ਜਿੱਥੋਂ ਸਮੁੱਚੀ ਦੁਨੀਆ ਦੀ ਔਰਤ ਦੇ ਮਨ ਦੀ ਦੁਨੀਆ ਦਾ ਪਤਾ ਲੱਗਦਾ ਹੈ। पूरे एक दिन लग गया एंड फिर फाइनल दिन ऑन स्टेज भी आके पूरा रिपीट किया, ऑन स्टेज भी काफी बच्चे नवे आए ने, फिर उन्होंने ग्रूम किया, थोड़ा डिफिकल्ट सी बट हो गया। बहुत ज्यादा वधिया लग रहा है, जिन्ना सोचा उस तो ज्यादा अच्छा फिर मार्किंग की है, फिर डिसीजन सारे की परफॉर्मेंस बहुत वधिया, सारे विनर सी। हो
ਹੁਣ ਸਾਡੇ ਨਾਲ ਜਿਹੜੇ ਯੰਗ ਵਿਨਰ ਨੇ ਉਹ ਜੁੜ ਚੁੱਕੇ ਨੇ ਜੋ ਕਿ ਮਿਸ ਗਲੈਮਰਸ ਬਣੇ ਨੇ ਅਸੀਂ ਉਹਨਾਂ ਤੋਂ ਗੱਲਬਾਤ ਕਰਾਂਗੇ ਉਹਨਾਂ ਨਾਲ ਉਹਨਾਂ ਤੋਂ ਪੁੱਛਾਂਗੇ ਥੋੜਾ ਉੱਚਾ ਸੰਬਿਤੀ ਮੈਮ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਹੈ ਕਿ ਤੁਸੀਂ ਅੱਜ ਵਿਨਰ ਮਿਸ ਗਲੈਮਰਸ ਬਣੇ ਬਹੁਤ ਹੀ ਵੱਡੀ ਮਤਲਬ ਆਪਾਂ ਕਹੀਏ ਕਿ ਤੁਸੀਂ ਅਚੀਵ ਕੀਤੀ ਕਿਵੇਂ ਲੱਗਦੀ ਬਹੁਤ ਅੱਛਾ ਲੱਗ ਰਿਹਾ ਹੈ ਈਵਨ ਕਿ ਮੇਰਾ ਬਹੁਤ ਟਾਈਮ ਤੋਂ ਡ੍ਰੀਮ ਸੀ ਮੈਨੂੰ ਦੋ ਲਾਸਟ ਦੋ ਤਿੰਨ ਨਾਈਟਸ ਤੋਂ ਨੀਂਦ ਵੀ ਨਹੀਂ ਆ ਰਹੀ ਸੀ ਆਹੀ ਸੋਚ ਰਹੀ ਸੀ ਕਿ ਮੈਂ ਬਹੁਤ ਹਾਰਡ ਵਰਕ ਕੀਤਾ ਹੈ ਬਹੁਤ ਹਾਰਡ ਵਰਕ ਕੀਤਾ ਹੈ ਮੇਰੇ ਤੋਂ ਜ਼ਿਆਦਾ ਮੇਰੇ ਪੇਰੈਂਟਸ ਨੇ ਹਾਰਡ ਵਰਕ ਕੀਤਾ ਹੈ ਅਤੇ ਅੱਜ ਮੈਨੂੰ ਟਰੋਫੀ ਮਿਲੀ ਹੈ ਇਹ ਅੱਜ ਮੇਰਾ ਇੱਕ ਡ੍ਰੀਮ ਹੀ ਜਿਹੜਾ ਹੈ ਕਿ ਸੱਚ ਹੋਇਆ ਐਂਡ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਮੇਰੇ ਕੋਲ ਵਰਡਸ ਨਹੀਂ ਹੈ ਫੀਲਿੰਗਸ ਬਹੁਤ ਅੱਛਾ ਐਕਸਪੀਰੀਅੰਸ ਸੀ ਈਵਨ ਕਿ ਮੇਰੀ ਬੋਡੀ ਅਲਾਊ ਨਹੀਂ ਕਰ ਰਹੀ ਸੀ ਮੈਨੂੰ ਇੰਨਾ ਟਫ ਕੰਪੀਟੀਸ਼ਨ ਕਲੀਅਰ ਕਰਨਾ ਬਟ ਮੈਂ ਗਿਵ ਅਪ ਨਹੀਂ ਕੀਤਾ ਮੈਂ ਬਹੁਤ ਟਫ ਫਾਈਟ ਕੀਤੀ ਅਤੇ ਮੈਂ ਟਰੋਫੀ ਵਿਨ ਕੀਤੀ ਆਈ ਥਿੰਕ ਮੈਂ ਇਹ ਬਹੁਤ ਅੱਛੀ ਤਰ੍ਹਾਂ ਡਿਜ਼ਰਵ ਕਰ ਰਹੀ ਸੀ ਜਿੰਨਾ ਕਿ ਮੈਂ ਆਪਣੀ ਬੋਡੀ ਨਾਲ ਫੋਰਸਫੁਲੀ ਟਫ ਇੰਨਾ ਕੰਪੀਟੀਸ਼ਨ ਫਾਈਟ ਕੀਤਾ ਅਤੇ ਯੰਗਸਟਰਸ ਨੂੰ ਮਾਡਲਸ ਨੂੰ ਕੋਈ ਮੈਸੇਜ ਦੇਣਾ ਚਾਹੂੰਗੇ ਹਾਂਜੀ ਬਿਲਕੁਲ ਦੇਖੋ ਯੂਥ ਹੈ ਜਿਹੜਾ ਉਹ ਬਹੁਤ ਅੱਛੀ ਲਾਈਫ ਹੈ ਕਿਤੇ ਆਓ ਆਪਦਾ ਟੈਲੈਂਟ ਆਪਦਾ ਪੈਸ਼ਨ ਹੈ ਇਹਨੂੰ ਹੋਰ ਨਹੀਂ ਖਾਰੋ ਜ਼ਰੂਰੀ ਨਹੀਂ ਹੈ ਆਪਾਂ ਆਪਣੀ ਬੋਡੀ ਦੀ ਖਾਤੀ ਆਪਾਂ ਆਪਦਾ ਗਲੈਮਰ ਦੀ ਖਾ ਸਕਦੇ ਹਾਂ ਟੈਲੈਂਟ ਦੀ ਖਾਤੀ ਆਹ ਦੇਖੋ ਪੰਜਾਬੀ ਜਿਹੜੀ ਡਰੈਸ ਹੈ ਤੁਸੀਂ ਦੇਖ ਰਹੇ ਹੋ ਇਹ ਪਾ ਕੇ ਵੀ ਆਪਾਂ ਆਪਦੇ ਮੂਵ ਦੀ ਖਾ ਸਕਦੇ ਹਾਂ ਆਪਾਂ ਆਪਦਾ ਪੈਸ਼ਨ ਟੈਲੈਂਟ ਆਪਣੀ ਜੋ ਖਾ ਸਕਦੇ ਹਾਂ ਹਾਰਡ ਵਰਕ ਸਪੈਸ਼ਲੀ ਆਪਾਂ ਖਾ ਸਕਦੇ ਹਾਂ ਥੈਂਕ ਯੂ ਮੈਮ ਇਹ ਸੀਨੀਅਰ ਵਿਨਰ ਨੇ ਜੋ ਕਿ ਮਿਸਟਰ ਗਲੈਮਰ ਬਣ ਚੁੱਕੇ ਹਨ ਅਸੀਂ ਇਹਨਾਂ ਨਾਲ ਇਹਨਾਂ ਤੋਂ ਪੁੱਛਾਂਗੇ ਕਿ ਕਿਵੇਂ ਦਾ ਫੀਲ ਕਰ ਰਹੇ ਨੇ ਸੋ ਸਰ ਕੀ ਨੇਮ ਹੈ ਤੁਹਾਡਾ ਨਾਮ ਸਿੰਘ ਬਲਾਡੀ ਸੋ ਸਰ ਤੁਸੀਂ ਕਿਵੇਂ ਦਾ ਫੀਲ ਕਰ ਰਹੇ ਹੋ ਤੁਸੀਂ ਮਿਸਟਰ ਗਲੈਮਰ ਬਣ ਗਏ ਬਹੁਤ ਹੀ ਵੱਡੀ ਮਤਲਬ ਓਪਰਚੁਨਿਟੀ ਤੁਸੀਂ ਜਿਹੜੀ ਆ ਉਹ ਅੱਜ ਹਾਸਿਲ ਕੀਤੀ ਹੈ ਕਿਵੇਂ ਲੱਗ ਰਿਹਾ ਸੋ ਬਹੁਤ ਵਧੀਆ ਫੀਲ ਹੋ ਰਿਹਾ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਕਿ ਮਿਹਨਤ ਨੂੰ ਫਲ ਮਿਲ ਰਿਹਾ ਸੋ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਉਹ ਤੁਹਾਡੇ ਤੋਂ ਮੋਟੀਵੇਟ ਹੁੰਦੇ ਨੇ ਅਤੇ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਇੱਦਾਂ ਹੀ ਅੱਗੇ ਵਧਣਾ ਚਾਹੀਦਾ ਅਤੇ ਜਿਹੜੀ ਓਪਰਚੁਨਿਟੀਜ਼ ਹੁੰਦੀਆਂ ਉਹਨਾਂ ਨੂੰ ਗ੍ਰੈਬ ਕਰਨਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਮੈਂ ਕਹਿੰਦਾ ਸਟਰਗਲ ਨਹੀਂ ਛੱਡਣਾ ਚਾਹੀਦਾ ਨਾ ਬੰਦਾ ਇੱਕ ਵਾਰੀ ਫੇਲ ਹੋਏਗਾ ਦੋ ਵਾਰੀ ਹੋਏਗਾ ਤਿੰਨ ਵਾਰ ਆ ਕਿਸੇ ਤੋਂ ਵਾਰੀ ਆਏਗੀ ਕਦੇ ਨਾ ਕਦੇ ਸਟਰਗਲ ਨਾ ਛੱਡੋ ਕਦੇ ਨਾ ਕਦੇ ਮੌਕਾ ਮਿਲੇ ਥੈਂਕ ਯੂ ਸਰ ਥੈਂਕ ਯੂ ਸਾਡੇ ਨਾਲ ਕੈਂਪ ਸਰ ਜੁੜ ਚੁੱਕੇ ਨੇ ਜੋ ਕਿ ਕੈਂਪਸ ਪੇਸ਼ੈਂਟਸ ਦੇ ਆਰਗੇਨਾਈਜ਼ਰ ਹਨ ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਜੰਤਰ ਮੰਤਰ ਮਾਰਨੇ ਦੀ ਫਸਟ ਆਫ ਆਲ ਮੈਂ ਕੈਂਪ ਪੇਸ਼ੈਂਟ ਵੱਲੋਂ ਨਹੀਂ ਆਇਆ ਜੀ ਅੱਜ ਮੈਂ ਐਜ਼ ਅ ਡਿਪਟੀ ਕਮਿਸ਼ਨਰ ਐਜ਼ ਵੈਲ ਐਜ਼ ਮੈਂ ਫਿਲਮ ਮੇਕਰ ਹੋਣ ਦੇ ਨਾਤੇ ਇੱਥੇ ਅੱਜ ਹਾਜ਼ਰ ਹੋਇਆ ਵਾਂ ਇੱਕ ਚੀਫ ਜਸਟਿਸ ਦੇ ਸ਼ੇਤੇ ਮੈਂ ਇੱਥੇ ਆਇਆ ਸੀਗਾ ਬੱਚਿਆਂ ਨੇ ਬਹੁਤ ਅੱਛਾ ਪਰਫੋਰਮ ਕੀਤਾ ਮੈਂ ਆਈ ਜੀ ਟੀ ਗਰੁੱਪ ਨੂੰ ਉਹਦੇ ਪੂਰੀ ਟੀਮ ਨੂੰ ਉਹਦੇ ਮੈਂਬਰਸ ਆਪਣੇ ਫਾਊਂਡਰ ਮੈਂ ਫਾਊਂਡਿੰਗ ਮੈਂਬਰ ਮਿਸਟਰ ਅਜਾਲੀ ਹੁੰਦਰ ਜਿਹਦਾ ਵੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ ਐਂਡ ਮੈਂ ਉਮੀਦ ਕਰਦਾ ਕਿ ਇੱਦਾਂ ਹੀ ਬੱਚਿਆਂ ਨੂੰ ਮੌਕਾ ਮਿਲਦਾ ਰਹੇਗਾ ਬਹੁਤ ਅੱਛੇ ਪਰਫੋਰਮ ਕਰਦੇ ਰਹਿਣਗੇ ਡਰੱਗਸ ਵਰਗੀ ਪ੍ਰੋਬਲਮ ਹੈਗੀਆਂ ਲਾਈਕ ਆਪਣੇ ਪੰਜਾਬ 'ਚ ਬਹੁਤ ਪ੍ਰੋਬਲਮ ਹੈ ਅਨਇੰਪਲੋਇਮੈਂਟ ਪ੍ਰੋਬਲਮ ਹੈ ਐਸਾ ਪ੍ਰੋਬਲਮ ਤੋਂ ਦਿਮਾਗ ਹਟਾ ਕੇ ਅਗਰ ਅਸੀਂ ਫਰੈਸ਼ ਮਾਇੰਡ ਕਰਦੇ ਹਾਂ ਤਾਂ ਇੱਕ ਮੋਡਲਿੰਗ ਬਹੁਤ ਅੱਛਾ ਮੌਕਾ ਹੁੰਦਾ ਬਹੁਤ ਅੱਛਾ ਪਲੇਟਫਾਰਮ ਹੁੰਦਾ ਕਿ ਬੱਚੇ ਸਾਰੀ ਟੈਨਸ਼ਨ ਸਟ੍ਰੈਸ ਭੁੱਲ ਕੇ ਕਿ ਆਪਣੇ ਆਪ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਮੈਂ ਦੁਆ ਕਰਦਾ ਕਿ ਇੱਦਾਂ ਦੇ ਆਪਸ਼ਨ ਹੁੰਦੇ ਰਹਿਣਗੇ ਅਤੇ ਅਸੀਂ ਸਾਰੇ ਉਹ ਜਾ ਕੇ ਲੋਕਾਂ ਨੂੰ ਜੱਜ ਕਰਦੇ ਰਹਾਂਗੇ ਥੈਂਕ ਯੂ ਵੈਰੀ ਮੱਚ ਐਜ਼ ਐਨ ਐਕਟਰ ਮੈਂ ਇੱਕ ਵੀ ਮੈਸੇਜ ਦੇਣਾ ਚਾਹੁੰਦਾ ਯੂਥ ਨੂੰ ਕਿ ਦੋਸਤੋ ਪੰਜਾਬ 'ਚ ਬਹੁਤ ਜ਼ਿਆਦਾ ਅਸੀਂ ਗਰਕ ਵੱਲ ਲੈ ਕੇ ਗਏ ਹੋਏ ਹਾਂ ਡਰੱਗਸ ਕਰਕੇ ਮੇਰੇ ਬਹੁਤ ਸਾਰੇ ਆਪਣੇ ਦੋਸਤ ਮਿੱਤਰ ਵੀ ਇਸ ਚੀਜ਼ਾਂ 'ਚ ਵੜ ਕੇ ਆਪਣਾ ਕਰੀਅਰ ਖਰਾਬ ਕਰ ਚੁੱਕੇ ਆ ਆਪਣੀ ਜ਼ਿੰਦਗੀ ਖਰਾਬ ਕਰ ਚੁੱਕੇ ਆ ਅਤੇ ਮੈਂ ਇਹੀ ਮੰਨਦਾ ਵਾਂ ਅਤੇ ਇਹੀ ਕਹਿੰਦਾ ਵਾਂ ਅਤੇ ਇਹੀ ਰਿਕੁਐਸਟ ਕਰਦਾ ਵਾਂ ਕਿ ਡਰੱਗਸ ਵਾਲੀ ਚੀਜ਼ ਤੋਂ ਦੂਰ ਰਹੋ ਕਦੀ ਟੇਸਟ ਵੀ ਨਾ ਕਰੋ ਟਰਾਈ ਵੀ ਨਾ ਕਰੋ ਅਤੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਦੁਆਵਾਂ ਕਿੱਠੀਆਂ ਕਰੋ ਬਦੂਆਂ ਵੀ ਦੂਰ ਧੰਨਵਾਦ ਥੈਂਕ ਯੂ ਇਹ ਸੀਗੇ ਮਿਸਟਰ ਐਂਡ ਮਿਸ ਗਲੈਮਰਸ ਸ਼ੋਅ ਦੇ ਜਿੰਨੇ ਵੀ ਕੰਟੈਸਟੈਂਟਸ ਉਹਦੇ ਔਰਗੇਨਾਈਜ਼ਰਸ ਜਾਂ ਈਵਨ ਮੇਕਅਪ ਆਰਟਿਸਟ ਉਹਨਾਂ ਸਾਰਿਆਂ ਦੇ ਆਪਣੇ ਆਪਣੇ ਵਿਊਜ਼ ਅਤੇ ਹੁਣ ਇਸ ਦੇ ਨਾਲ ਹੀ ਸ਼ੋਅ ਦੀ ਸਮਾਪਤੀ ਹੋ ਚੁੱਕੀ ਹੈ ਅਤੇ ਅੱਗੇ ਇੱਦਾਂ ਦੇ ਹੀ ਸੇਮ ਕੰਟੈਂਟਸ ਦੇਖਣ ਵਾਸਤੇ ਓਪਨ ਪੰਜਾਬੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਅਸੀਂ ਤੁਹਾਡੇ ਲਈ ਅੱਗੇ ਵੀ ਅਜਿਹੇ ਇਹੋ ਜਿਹੇ ਕੰਟੈਂਟਸ ਲਿਆਉਂਦੇ ਰਹਾਂਗੇ ਸੋ ਕੈਮਰਾਮੈਨ ਚਾਹਤ ਸਕੂਜਾ ਦੇ ਨਾਲ ਮੈਂ ਅੰਸ਼ੂ ਕਪੂਰ